ਤੈ ਇੱਕ ਨਵੀਂ ਗੇਮ ਨਿਕਲ ਆਈ ਏ ਹਾਦੀ ਗੇਮ ਦਾ ਕੀ ਨਾਂ ਏ ਟਕਾ ਟਕ ਵੱਜਦਾ ਈ ਐਵੇਂ ਹੈ ਸਾਰੇ ਤੂੰ ਸਹੀ ਕਰਦੇ ਅਸਲਾਮੁ ਅਲੈਕੁਮ ਰਹਿਮਤੁਲਾਹਿ ਵਬਰਕਾਤੁਹ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ ਅਤੇ ਯਾਰ ਸਭ ਤੋਂ ਪਹਿਲੇ ਅੱਜ ਦਾ ਮੌਸਮ ਚੈੱਕ ਕਰੋ ਠੀਕ ਹੈ ਅੱਜ ਦਾ ਮੌਸਮ ਹੈ ਬਹੁਤ ਹੀ ਪਿਆਰਾ ਪਿਆਰਾ ਅਤੇ ਸਾਵਨ ਵਾਲਾ ਠੀਕ ਹੈ ਸਾਵਨ ਆ ਗਿਆ ਹੈ ਸਾਵਨ ਕੀ ਬਰਸਾਤੇ ਸਟਾਰਟ ਹੋ ਗਈ ਹੈ ਅੱਜ ਕੱਲ੍ਹ ਬਾਰਿਸ਼ਾਂ ਦਾ ਸੀਨ ਚੱਲਦਾ ਪਿਆ ਬਾਰਿਸ਼ ਹੋਏ ਤਾਂ ਠੰਡ ਨਾ ਹੋਏ ਤਾਂ ਗਰਮੀ ਠੀਕ ਹੈ ਜੇ ਬਾਰਿਸ਼ ਹੋਏ ਤਾਂ ਪਾਣੀ ਅਤੇ ਜੇ ਨਾ ਹੋਏ ਤਾਂ ਗਰਮੀ ਬਾਰਿਸ਼ ਹੋਏ ਤਾਂ ਚੀਕੜ ਫਿਰ ਇੱਧਰ ਸੇ ਨਾ ਲੰਘਾ ਜਾਤਾ ਹੈ ਨਾ ਟਾਪਾ ਜਾਤਾ ਹੈ ਨਾ ਹੋਵੇ ਤਾਂ ਸਾਰਾ ਕੰਮ ਈਜ਼ੀਲੀ ਹੋ ਜਾਂਦਾ ਹੈ ਪਰ ਗਰਮੀ ਠੀਕ ਹੈ ਅਤੇ ਐਂਡ ਇਹਦਾ ਜਿਹੜਾ ਰਿਜ਼ਲਟ ਕੀ ਨਿਕਲਿਆ ਗਰਮੀ ਕਿਉਂਕਿ ਅੱਜ ਕੱਲ੍ਹ ਗਰਮੀ ਅਤੇ ਗਰਮੀ ਨੂੰ ਖਤਮ ਕਰਨ ਵਾਸਤੇ ਬਾਰਿਸ਼ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਤਾਂ ਵਾਸਤੇ ਜਿਹੜਾ ਨਾ ਬਾਰਿਸ਼ ਰੋਜ਼ ਆਉਣੀ ਚਾਹੀਦੀ ਹੈ ਅਤੇ ਕਿਉਂਕਿ ਸਭ ਦੀ ਦੁਆ ਹੀ ਹੁੰਦੀ ਹੈ ਕਿ ਡੇਲੀ ਬਾਰਿਸ਼ ਆਏ ਕਿਉਂਕਿ ਜਬ ਬਾਰਿਸ਼ ਆਤਾ ਹੈ ਤੋ ਤਬ ਪਾਣੀ ਆਤਾ ਹੈ ਔਰ ਜਬ ਜ਼ਿਆਦਾ ਬਾਰਿਸ਼ ਆਤਾ ਹੈ ਤੋ ਤਬ ਇਸ ਤਰ੍ਹਾਂ ਦਾ ਜ਼ਿਆਦਾ ਪਾਣੀ ਆਤਾ ਹੈ ਅੱਜ ਤੋਂ ਜਿਹੜਾ ਨਾ ਅਗਸਤ ਦਾ ਮਹੀਨਾ ਹੋ ਗਿਆ ਜੇ ਸਟਾਰਟ ਠੀਕ ਹੈ ਅੱਜ ਮੇਰਾ ਖਿਆਲ 2 ਅਗਸਤ ਹੋ ਗਈ ਹੈ ਅਤੇ ਪਿਛਲਾ ਜਿਹੜਾ ਜੁਲਾਈ ਦਾ ਮਹੀਨਾ ਨਾ ਉਹ ਨਿਕਲਿਆ ਟਕਾ ਟਕ ਇੱਕ ਗੇਮ ਆਈ ਹੈ ਉਹਦੇ ਨਾਲ ਹਰ ਇੱਕ ਜਾਣੇ ਦੇ ਕੋਲ ਜਿਹੜਾ ਨਾ ਜਾਣੇ ਕੋਲ ਵੱਡੇ ਕੋਲ ਸਿਆਣੇ ਕੋਲ ਛੋਟੇ ਕੋਲ ਵੱਡੇ ਕੋਲ ਸਿਆਣੇ ਕੋਲ ਠੀਕ ਹੈ ਹਰ ਇੱਕ ਦੇ ਕੋਲ ਜਿਹੜਾ ਨਾ ਟਕਾ ਟਕ ਗੇਮ ਹੈ ਤੁਸੀਂ ਜਿੱਥੇ ਵੇਖੋਗੇ ਨਾ ਸੜਕ ਉੱਤੇ ਸਾਰੇ ਨੇ ਇੰਜਣ ਫੜੀ ਅਤੇ ਟਕਾ ਟਕ ਉਹਦੇ ਨਾਲ ਜਿਹੜਾ ਨਾ ਖੇਡਦੇ ਨੇ ਬੈ ਵੱਖਰੇ ਜਿਹੜਾ ਨਾ ਇੱਕ ਸੀਨ ਸਟਾਰਟ ਹੋ ਗਿਆ ਅਤੇ ਅਗਸਤ ਸਟਾਰਟ ਹੋਇਆ ਅਤੇ ਹੁਣ ਜਿਹੜਾ ਨਾ ਇਹਦੇ ਵਿੱਚ ਇੱਕ ਹੋਰ ਵੱਖਰਾ ਹੀ ਜਿਹੜਾ ਨਾ ਰੱਫੜ ਸਟਾਰਟ ਹੋਈ ਜਾਣਾ ਉਹ ਵਾਜੇ ਵਾਲਾ ਠੀਕ ਹੈ ਹੁਣ ਤੁਸੀਂ ਤਕਰੀਬਨ ਕੋਈ 6-7 ਅਗਸਤ ਤੋਂ ਬਾਅਦ ਜਿਹਨੂੰ ਵੀ ਵੇਖਣਾ ਨਾ ਉਹਨੇ ਹੱਥ ਦੇ ਵਿੱਚ ਵਾਜੇ ਫੜੇ ਹੋਣੇ ਨੇ ਪਾਂ 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 ਲਾਈ ਹੋਣੀ 14 ਅਗਸਤ ਤੱਕ ਜਿਹੜਾ ਨਾ ਕੰਨਾਂ ਦੀ ਜਿਹੜਾ ਨਾ ਸ਼ਾਮਾਂ ਦਾ ਆਉਣ ਵਾਲੀ ਵਾਜੇ ਹਨ ਦੇ ਨਾਲ ਖੈਰ ਅੱਜ ਤੁਹਾਨੂੰ ਮੈਂ ਜਿਹੜਾ ਨਾ ਆਪਣੇ ਪਿੰਡ ਦੇ ਬੱਚਾ ਪਾਲਟੀ ਵਹਾਨਾ ਵਾ ਕਿ ਉਹ ਜਿਹੜਾ ਨਾ ਉਹ ਟਕਾ ਟਕ ਹਰ ਟਾਈਮ ਫੜ ਗਏ ਨਾ ਅਤੇ ਲੱਗੇ ਰਹਿੰਦੇ ਨੇ ਜਾਣੀ ਇਹੀ ਹਿਸਾਬ ਲਾ ਲਓ ਕਿ ਬਾਂਦਰਾ ਹੱਥ ਜਿਹੜੀ ਮਾਚਿਸ ਨਹੀਂ ਚੜ੍ਹ ਜਾਂਦੀ ਉਹੀ ਸੀਨ ਹੋਇਆ ਸਾਰਿਆਂ ਦਾ ਬਾਕੀ ਉਹਨੂੰ ਜਿਹੜਾ ਨਾ ਚਲਾਉਣਾ ਵੀ ਬੜਾ ਔਖਾ ਕੰਮ ਐਡਾ ਸੌਖਾ ਕੰਮ ਨਹੀਂ ਹੈ ਅਤੇ ਖੈਰ ਹੁਣ ਜਾਂਦੇ ਹਾਂ ਪਿੰਡ ਵੱਲ ਜਾ ਕੇ ਨਾ ਜਾਣ ਦੀ ਗੇਮ ਚੈੱਕ ਕਰਨੇ ਕਿਉਂਕਿ ਇਸ ਟਾਈਮ ਜਿਹੜਾ ਨਾ ਸਾਰੀ ਬੱਚਾ ਪਾਲਟੀ ਪਿੰਡ ਇਕੱਠੀ ਹੋਈ ਹੈ ਅਤੇ ਸਾਰਿਆਂ ਜਿਹੜਾ ਨਾ ਟਕਾ ਟਕ ਗੇਮ ਫੜੀ ਅਤੇ ਟਕਾ ਟਕ ਕਰਦੇ ਨੇ ਫਿਰ ਗੇਮ ਦੇ ਨਾਲ ਠੀਕ ਹੈ ਖੈਰ ਪਿੰਡ ਜਾਂਦੇ ਪਿੰਡ ਜਾ ਕੇ ਜਾਣ ਦਾ ਸ਼ੁਕਰ ਲਾਉਂਦੇ ਨਾਲੇ ਤੁਹਾਨੂੰ ਮਾਨਦੇ ਹੈ ਸਭ ਤੋਂ ਸਹੀ ਲੱਗੀ ਜਾਲ ਕਿਹੜਾ ਫੜੇ ਮੱਛੀ ਵਾਲਾ ਫੜਨੇ ਵਾਲਾ ਕੋਈ ਸ਼ੈ ਰਹਿਣੀ ਨਹੀਂ ਚਾਹੀਦੀ ਛੱਡਣੀ ਨਹੀਂ ਕੋਈ ਸ਼ੈ ਭੱਜ ਗਏ ਪੈਲੀ ਦੇ ਵਿੱਚ ਵੀ ਜਿਹੜਾ ਨਾ ਖੋਬਾ ਹੀ ਹੈ ਠੀਕ ਹੈ ਕਿਉਂਕਿ ਬਾਰਿਸ਼ ਹੋਈ ਹੈ ਅਤੇ ਉੱਧਰ ਬੱਚਾ ਪਾਲਟੀ ਨੂੰ ਇੱਕ ਥੋੜ੍ਹੀ ਜਿਹੀ ਜਗ੍ਹਾ ਸੁੱਕੀ ਲੱਭੀ ਹੈ ਉਹਨਾਂ ਨੇ ਬਸ ਉੱਧਰ ਜਾ ਕੇ ਫਟਾਫਟ ਜਿਹੜਾ ਨਾ ਜਾਲ ਲਾ ਕੇ ਅਤੇ ਨੈੱਟ ਲਾ ਲਿਆ ਅਤੇ ਜਾਲ ਵੀ ਕਹਿ ਰਿਹਾ ਮੱਛੀਆਂ ਫੜਨ ਵਾਲਾ ਨੈੱਟ ਵਾਲਾ ਨਹੀਂ ਹੈ ਵਾਜਾ ਤੂੰ ਕਿੱਥੋਂ ਕੱਢ ਲਿਆ ਹੈ 14 ਅਗਸਤ ਹੀ ਆਈ ਨਹੀਂ ਖਰਾਬ ਹੋ ਗਿਆ ਛਾਪਰੀ ਪਾਟਾ ਆਏ ਤੈਨੂੰ ਜਾ ਥੱਲੇ ਰੱਖ ਕੇ ਮਾਨੇ ਚਲਾ ਹਾਂ ਉਹ ਗਏ ਚੱਲ ਹਾਦੀ ਹੁਣ ਚਲਾ ਖਤਮ ਹੋ ਗਿਆ ਹਾਦੀ ਦਾ ਇੰਨਾ ਕੀ ਚਲੋ ਜੀ ਇੱਕ ਹੋਰ
ਆਹਾ ਤੂੰ ਕਾ ਤੇਰੇ ਕੋਲ ਆ ਬੋਲ ਮਲਗ ਰਿਹਾ ਆਦ ਨੂੰ ਦੇ ਆ ਦੂਜੀ ਵਾਰ ਕਾ ਤੇ ਬਸ ਟਕਾ ਟਕ ਟਕਾ ਟਕ ਆਨੂੰ ਆਦੀ ਦੇ ਟਕਾ ਕਰ ਦਿੰਦਾ ਅੱਜ ਆਨੂੰ ਆਦੀ ਦੇ ਟਕਾ ਅੱਛਾ ਚੱਲ ਤੂੰ ਘਰ ਜੀ ਅਮਾਨਿਆ ਠੋਡ ਮਾਰੀ ਭੱਜੀ ਆ ਠੋਡੀ ਹੋ ਰਾਮ ਹੀ ਐਵੇਂ ਹੈ ਸਾਰਿਆਂ ਤੂੰ ਸਹੀ ਕਰਦੇ ਤੈ ਇੱਕ ਨਵੀਂ ਗੇਮ ਨਿਕਲ ਆਈ ਏ ਹਾਦੀ ਗੇਮ ਦਾ ਕੀ ਨਾਂ ਏ ਟਕਾ ਟਕ ਕਿ ਟਕ ਟਕ ਖੇਡ ਕੇ ਤੇ ਦੱਸ ਵਕੀਲ ਚੈੱਕ ਕਰ ਨਾ ਤੈਨੂੰ ਵੀ ਨੀ ਜਾਚ ਤੂੰ ਵੀ ਨੀ ਰਲਦਾ ਵਕੀਲ ਨਾਲ ਤੂੰ ਵੀ ਨੀ ਰਲਦਾ ਪੁੱਤਰ ਵਕੀਲ ਨਾਲ ਵਕੀਲ ਵਕੀਲ ਹੋਵੇ ਵਕੀਲ ਘੋਟ ਕੇ ਘਰ ਨਾ ਤੈਨੂੰ ਵੀ ਨੀ ਜਾ ਜਾ ਚੁੱਕੇ ਇਹਨੂੰ ਹੀ ਵਕੀਲ ਨੂੰ ਜਾ ਸਿੱਖ ਹਾਦੀ ਜਾ ਸਿੱਖ ਉਹ ਵੇਖ ਕਦੇ ਦਾ ਲੱਗਾ ਏ ਵਕੀਲ ਤਰੋੜ ਅੜਿਆ ਹੋਵੇ ਉਹ ਟੁੱਟ ਗਿਆ ਜੀ ਵੱਜ ਗਈ ਆਹੋ ਇਹ ਘਰ ਚੱਲ ਕੋਈ ਸਮਝਾਉਣ ਲੱਗੇ ਜੋ ਤੈਨੂੰ ਐਂ ਸਿੱਧਿਆ ਜਾਣਾ ਆਹੋ ਤੇ ਮੈਨੂੰ ਨੀ ਪਤਾ ਮੈਨੂੰ ਨੀ ਪਤਾ
ਤੇ ਯਾਰ ਟਾਈਮ ਹੋ ਗਿਆ ਜੇ ਇਸ ਟਾਈਮ ਰਾਤ ਦੇ 7:30 ਦਾ। ਠੀਕ ਹੈ, ਉਸਦਾ ਮੈਂ ਇੱਥੇ ਬੈਠਾ ਹਾਂ, ਇੱਥੇ ਬਹਿ ਕੇ ਵੀਡੀਓ ਐਡਿਟ ਕਰਨਾ ਹਾਂ। ਵੀਡੀਓ ਐਡਿਟ ਕਰਕੇ ਉਹਨੂੰ ਅਪਲੋਡ ਕੀਤਾ, ਅਪਲੋਡ ਕਰਕੇ ਤੇ ਹੁਣ ਜਿਹੜਾ ਨਾ ਮੈਂ ਚੱਲਾ ਵਾਂ ਘਰ ਦੇ। ਇਸ ਟਾਈਮ ਜਿਹੜਾ ਨਾ ਪਰਿੰਦੇ ਵੀ ਅੱਲਾ ਪਾਕ ਦੀ ਮਦਦ ਕਰਨ ਲੱਗ ਪਏ ਜੇ, ਕਿਉਂਕਿ ਪਰਿੰਦੇ ਦੁਨੀਆਂ ਦੀ ਹਰ ਮਹਿਲੂਕ ਜਿਹੜਾ ਨਾ ਉਹ ਅੱਲਾ ਪਾਕ ਦੀ ਆਪਣੀ ਆਪਣੀ ਜ਼ੁਬਾਨ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਨਾ ਇਬਾਦਤ ਕਰਦੇ। ਜਿਹੜੇ ਤੁਸੀਂ ਪਿੱਛੇ ਕੀੜਿਆਂ ਦੀ ਆਵਾਜ਼ ਨਹੀਂ ਸੁਣਦੇ ਪਏ, ਇਹ ਵੀ ਕਿਹਾ ਜਾਂਦਾ ਕਿ ਇਹ ਵੀ ਜਿਹੜਾ ਨਾ ਅੱਲਾ ਪਾਕ ਦਾ ਜ਼ਿਕਰ ਕਰਦੇ ਹੁੰਦੇ ਨੇ। ਠੀਕ ਹੈ, ਤਾਂ ਕੋਈ ਚੀਜ਼ ਐਸੀ ਨਹੀਂ ਜਿਹੜੀ ਅੱਲਾ ਪਾਕ ਦਾ ਜ਼ਿਕਰ ਨਹੀਂ ਕਰਦੀ। ਹੁਣ ਚਲੀਏ ਘਰ, ਘਰ ਜਾ ਕੇ ਸਭ ਤੋਂ ਪਹਿਲੇ ਕਰਨੇ ਆ ਪੇਟ ਪੂਜਾ, ਬਾਅਦ ਵਿੱਚ ਕਰਾਂਗੇ ਕੰਮ ਦੂਜਾ।